ਪਹਿਲਾ ਮਜ਼ਾ ਜੇ ਸਾਂਝਾ ਕਰਨਾ ਤੁਹਾਡੇ ਨਾਲ BC ਦਾ ਸ਼ਹਿਰ ਆ ਸਮੇਦਰ ਸਮੇਦਰਸ ਦੇ ਵਿੱਚ ਇੱਕ ਘਟਨਾ ਵਾਪਰੀ ਆ ਉੱਥੇ ਕਈ ਜਿਹੜੇ ਵਹੀਕਲਾਂ ਨੂੰ ਅੱਗ ਲਾ ਦਿੱਤੀ ਆ ਜਿਹਦੇ ਵਿੱਚ ਇੱਕ ਐਂਬੂਲੈਂਸ ਵੀ ਆ ਪੁਲਿਸ ਦੇ ਵਹੀਕਲ ਨੂੰ ਅੱਗ ਲਾ ਦਿੱਤੀ ਆ ਐਂਬੂਲੈਂਸ ਨੂੰ ਅੱਗ ਲਾ ਦਿੱਤੀ ਆ ਕਿਹਨੇ ਲਾਈ ਆ ਹਜੇ ਤੱਕ ਪਤਾ ਨਹੀਂ ਲੱਗਿਆ ਕੱਲ੍ਹ ਵੀ ਇਹ ਘਟਨਾ ਆ ਤੇ ਹੁਣ ਤੱਕ ਇਹਦੇ ਉੱਤੇ ਚਰਚਾ ਹੋ ਰਹੀ ਆ ਟਾਰਗੇਟਡ ਅਟੈਕ ਕੀਤਾ ਗਿਆ ਐਮਰਜੈਂਸੀ ਸਰਵਿਸਸਸ ਵਹੀਕਲਸ ਦੇ ਉੱਤੇ RCMP ਇਹ ਗੱਲਬਤ ਕਹਿ ਰਹੀ ਹੈ ਕਿ 8 ਵਹੀਕਲ ਉੱਥੇ ਖੜੇ ਸੀ ਜਿਹੜੇ ਡੈਮੇਜ ਕੀਤੇ ਆ ਸਨਸ਼ਾਈਨ ਇਨ ਦੇ ਬਾਹਰ ਸੈਂਟਰਲ BC ਦਾ ਟਾਊਨ ਜਿਹੜਾ 300 ਕਿਲੋਮੀਟਰ ਇਹਦੇ ਤੋਂ ਪ੍ਰਿੰਸ ਜੋਰਜ ਤੋਂ ਪੈਂਦਾ ਸਮਿਥਰਸ ਸਮਿਥਰਸ ਦੇ ਵਿੱਚ ਇਹ ਘਟਨਾ ਵਾਪਰੀ ਔਰ ਇਹਨੇ ਬਹੁਤ ਚਿੰਤਾ ਪੈਦਾ ਕਰ ਦਿੱਤੀ ਆ ਕੈਨੇਡਾ ਦੇ ਵਿੱਚ ਜਾਂ ਕਿਸੇ ਵੀ ਵਿਕਸਿਤ ਮੁਲਕ ਦੇ ਵਿੱਚ ਐਹੋ ਜਿਹੇ ਘਟਰਾਵਾਂ ਵਾਪਰਦੀਆਂ ਨਹੀਂ ਜਾਂ ਬਹੁਤ ਘੱਟ ਵਾਪਰਦੀਆਂ ਕਿ ਪੁਲਿਸ ਦੀਆਂ ਗੱਡੀਆਂ ਦੇ ਉੱਤੇ ਅਟੈਕ ਕਰ ਦਿੱਤਾ ਜਾਵੇ ਜਾਂ ਇੱਥੋਂ ਤੱਕ ਕਿ ਐਂਬੂਲੈਂਸ ਨੂੰ ਸਾੜ ਦਿੱਤਾ ਜਾਵੇ ਹੁਣ ਐਂਬੂਲੈਂਸ ਨੂੰ ਅੱਗ ਲਾ ਕੇ ਕਿਸੇ ਨੂੰ ਕੀ ਮਿਲ ਸਕਦਾ ਨੁਕਸਾਨ ਹੀ ਹੋਊਗਾ ਤੇ ਜਿਹੜੇ ਉਹਨਾਂ ਦੇ ਆਰਐਸਐਮਪੀ ਦੀਆਂ ਗੱਡੀਆਂ ਸੀ ਉਹਨੂੰ ਅੱਗ ਲਾ ਦਿੱਤੀ ਗਈ ਆ ਇਹ ਲੱਗਦਾ ਇਹ ਆ ਕਿ ਜਿਹੜਾ ਉਹਨਾਂ ਦੇ ਜਿਹੜੇ ਗੈਸ ਟੈਂਕ ਸੀਗੇ ਉਹਨਾਂ ਨੂੰ ਖੋਲ ਕੇ ਫਿਰ ਅੱਗ ਲਾਈ ਗਈ ਆ ਬੀਸੀ ਹਾਈਡਰੋ ਦਾ ਟਰੱਕ ਉੱਥੇ ਖੜਾ ਸੀ ਉਹਨੂੰ ਵੀ ਅੱਗ ਲਾਈ ਗਈ ਆ ਤੇ ਆ ਆਰਸੀਐਮਪੀ ਦੱਸ ਰਹੀ ਆ ਕਿ ਦੇ ਫਾਇਰ ਫੈਕਟਰ ਸੀਗੇ ਉੱਥੇ ਉਹਨਾਂ ਨੂੰ ਫਿਰ ਪਹੁੰਚੇ ਆ ਤੇ ਜਦੋਂ ਉਹਨਾਂ ਨੇ ਦੱਸਿਆ ਕਿ ਤੜਕੇ 1:30 ਵਜੇ ਉੱਥੇ ਅੱਗ ਲੱਗੀ ਸੀਗੀ ਤੇ ਫਿਰ ਉਹਨੂੰ ਉਹਨਾਂ ਨੇ ਬੁਝਾਉਣ ਦੀ ਕੋਸ਼ਿਸ਼ ਕੀਤੀ ਔਰ ਮਾਮਲਾ ਕੀ ਆ ਕੌਣਾ ਐ ਅੱਗ ਲਾਉਣ ਵਾਲੇ ਤੇ ਕਿਹਨੇ ਅੱਗ ਲਾਈ ਆ ਹਜੇ ਤੱਕ ਕੁਝ ਨਹੀਂ ਪਤਾ ਇਹਦੇ ਬਾਰੇ ਪਰ ਇਨਾਂਕ ਜ਼ਰੂਰ ਆ ਉੱਥੇ ਕਿਉਂਕਿ ਜਿਹੜੀ ਆਰਸੀਐਮਪੀ ਦੇ ਕੁਝ ਵਾਹਨ ਸੀਗੇ ਉਹਦੇ ਉੱਤੇ ਕੁਝ ਸਾਈਨ ਲੱਗੇ ਹੋ ਸੀ ਜਿਹੜੇ ਦੱਸਦੇ ਆ ਕਿ એનર્ਜੀ ਇੰਡਸਟਰੀ ਦੇ ਨਾਲ ਇਹ ਸੰਬੰਧਤ ਆ ਜਿਹੜੇ ਜਿਹੜੇ ਮਤਲਬ ਉਹਨੂੰ ਸੇਵ ਕਰਨ ਦੇ ਲਈ ਖਾਸ ਕਰਕੇ ਜਿਹੜੀ ਉਹ ਪਾਈਪਲਾਈਨ ਆਉਂਦੀ ਆ ਗੈ ਜਿਹੜੀ ਕੋਸਟਲ ਗੈਸ ਲਿੰਕ ਪਾਈਪਲਾਈਨ ਆ ਉਹਦੀ ਕੰਸਟਰਕਸ਼ਨ ਦੇ ਨੂੰ ਸੇਵ ਕਰਨ ਦੇ ਲਈ ਆਰਸੀਐਮਪੀ ਡੈਡੀਕੇਟ ਕੀਤੀ ਆ ਹੁਣ ਇਹ ਗੱਲਬਾਤ ਕਿਤੇ ਨਾ ਕਿਤੇ ਇਦਾਂ ਲੱਗਦੀ ਆ ਕਿ ਉਹ ਜਿਹੜੇ ਸਮਰਥਕ ਨੇ ਜਿਹੜੇ ਉਹ ਕੋਸਟਲ ਗੈਸ ਲਿੰਕ ਪਾਈਪਲਾਈਨ ਨੂੰ ਬੰਦ ਕਰਨਾ ਚਾਹੁੰਦੇ ਆ ਹੋ ਸਕਦਾ ਉਹਨਾਂ ਦਾ ਕਾਰਨ ਨਾਮਾ ਹੋਵੇ ਇਹ ਜਿਹੜਾ ਉਹਨਾਂ ਦਾ ਕੈਂਪ ਹੈਗਾ ਕੰਸਟਰਕਸ਼ਨ ਕੈਂਪ ਕੋਸਟਲ ਗੈਸ ਲਿੰਕ ਪਾਈਪਲਾਈਨ ਦਾ ਉਤੋਂ 100 ਕਿਲੋਮੀਟਰ ਦੂਰ ਇਹ ਹੈਗਾ ਸ਼ਹਿਰ ਸਮਿਥਰ ਜਿੱਥੇ ਕਟਾਂ ਵਾਪਰੀ ਆ ਤੇ ਹੁਣ ਕੋਸਟਲ ਗੈਸ ਲਿੰਕ ਦੀ ਪੇਰੈਂਟ ਕੰਪਨੀ TC એનર્ਜੀ ਆ ਉਹ ਕਹਿੰਦੇ ਵੀ ਇਹ ਜੋ ਕੁਝ ਹੋਇਆ ਕਿਉਂਕਿ ਸਕਿਉਰਿਟੀ ਮੀਜਰਸ ਉਹਨਾਂ ਨੂੰ ਲੜੇ ਪੇ ਤੁਹਾਨੂੰ ਯਾਦ ਹੋਊਗਾ ਪਿੱਛੇ ਜੇ ਇਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਸੀ ਕੁਝ ਮੂੰਹ ਬੰਨ ਕੇ ਲੋਕਾਂ ਨੇ ਪੂਰੇ ਦੇ ਪੂਰੇ ਜਿੱਥੇ ਬਣਾ ਰਿਆ ਜਿਹੜਾ ਕੰਸਟਰਕਸ਼ਨ ਹੋ ਰਹੀ ਸੀ ਇਹਨਾਂ ਦੇ ਸਮਾਨ ਸਮੂਹ ਨੂੰ ਉਹ ਸਾੜ ਕੇ ਚਲੇ ਗਏ ਸੀ ਸੋ ਹੁਣ ਹਜੇ ਤੱਕ ਇਹਦੀ ਜ਼ਿੰਮੇਵਾਰੀ ਉਹਨਾਂ ਦੇ ਕਿਸੇ ਗਰੁੱਪ ਨੇ ਨਹੀਂ ਲਈ ਵੀ ਅਸੀਂ ਇਹਦੀ ਲਈ ਆ ਇਹਨੂੰ ਕੁਝ ਜਿਹੜੇ ਪੱਤਰਕਾਰਾ ਇਕੋ ਟੈਰਰਿਜ਼ਮ ਵੀ ਕਹਿ ਰਿਹਾ ਵੀ ਇਹ ਕੀ ਜਿਹੜੀ ਬਦਮਾਸ਼ੀ ਆ ਕਿ ਤੁਸੀਂ ਕਿਸੇ ਵੀ ਪਾਈਪਲਾਈਨ ਨੂੰ ਸਰਕਾਰ ਜਿਹੜੀ ਬਣਾ ਰਹੀ ਹੈ ਉਹਨੂੰ ਰੋਕ ਰਹੇ ਹੋ ਵਾਤਾਵਰਨ ਦੇ ਨਾਂ ਦੇ ਉੱਤੇ ਤੇ ਜੇ ਇਹ ਉਹਨਾਂ ਨੇ ਕੀਤਾ ਹੈ ਉੱਥੇ ਜਿਹੜੀ ਫੁਟੇਜ ਵੀ ਸਾਹਮਣੇ ਆਈ ਆ ਜਿਹਦੇ ਵਿੱਚੋਂ ਇਹ ਸੀਸੀਟੀਵੀ ਫੁਟੇਜ ਆ ਜਿਹਦੇ ਵਿੱਚੋਂ ਬਹੁਤ ਕੁਝ ਦਿਖ ਰਿਹਾ ਆ ਉਹਦੇ ਨੇੜੇ ਬਹੁਤ ਸਾਰੀਆਂ ਆਟੋਮੋਟਿਵ ਸ਼ਾਪਸ ਹੈਗੀਆਂ ਹੋਟਲ ਦੇ ਨੇੜੇ ਜਿੱਥੇ ਇਹ ਜਿਹੜਾ ਲੱਗਿਆ ਆ ਅੱਗ ਲਾਈ ਗਈ ਆ ਸੋ ਸਕਿਉਰਿਟੀ ਫੁਟੇਜ ਦੇ ਵਿੱਚ ਦਿਖ ਰਿਹਾ ਕਿ ਕੋਈ ਬੰਦਾ ਉੱਥੇ ਆਉਂਦਾ ਹੈ ਤੇ ਜਿਹੜਾ ਸਾਰਾ ਕੁਝ ਇਹ ਵਾਪਰਦਾ ਆ ਉਹਨਾਂ ਦੀ ਜਿਹੜੀ ਫੁਟੇਜ ਸੀਗੀ ਉਹਦੇ ਵਿੱਚੋਂ ਵੀ ਗੱਲਾਂ ਬਾਤਾਂ ਸਾਹਮਣੇ ਆਈਆਂ ਹੁਣ ਕੀ ਇਹ ਉਹ ਪਾਈਪਲਾਈਨ ਵਾਲੇ ਆ ਜਿਹੜੇ ਪਾਈਪਾਂ ਦੀ ਪ੍ਰੋਟੈਕਸ਼ਨ ਕਰ ਰਹੇ ਆ ਪਹਿਲਾਂ ਵੀ ਆਰਸੀਐਮਪੀ ਦੇ ਨਾਲ ਉਹਦਾ ਰੌਲਾ ਜਾਂ ਇੱਕ ਲਾਸਟ ਥਾਂ ਆ ਜਿੱਥੇ ਜਾ ਕੇ ਇਹਨੇ ਪਾਈਪਲਾਈਨ ਨੇ ਬਣ ਜਾਣਾ ਖਤਮ ਹੋ ਜਾਣਾ ਤੇ ਹੁਣ ਸ਼ਾਇਦ ਉਹਨਾਂ ਨੂੰ ਇਹ ਲੱਗਦਾ ਹੋਊਗਾ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਸੀਂ ਇਹਨੂੰ ਰੋਕ ਸਕੀਏ ਕਿਉਂਕਿ ਉਹਨਾਂ ਦੀਆਂ ਆਰਸੀਐਮਪੀ ਦੀਆਂ ਗੱਡੀਆਂ ਦੇ ਉੱਤੇ ਉਹ ਸਾਈਨ ਸੀ ਜਿਹੜੇ ਦੱਸਦੇ ਆ ਕਿ ਇਹ ਉਸ ਪਾਈਪਲਾਈਨ ਦੀ ਪ੍ਰੋਟੈਕਸ਼ਨ ਕਰਦੇ ਲਈ ਖਾਸ ਤੌਰ ਤੇ ਡੈਡੀਕੇਟਿਡ ਨੇ ਲੱਗਦਾ ਆ ਕਿ ਇਹ ਉਹ ਕਾਰਨਾਮਾ ਹੋ ਸਕਦਾ ਪਰ ਅਜੇ ਤੱਕ ਗੱਲ ਸਪਸ਼ਟ ਕੋਈ ਨਹੀਂ ਆ ਘਟਨਾ ਬਹੁਤ ਬੰਦ ਭੱਗੀ ਆ ਜਾਂਚ ਇਹਦੀ ਚੱਲ ਰਹੀ ਆ ਔਰ ਇਹਦੇ ਵਿੱਚ ਸਭ ਤੋਂ ਮਾੜੀ ਗੱਲ ਕਿ ਇੱਕ ਐਂਬੂਲੈਂਸ ਨੂੰ ਵੀ ਅਗ ਲਾ ਦਿੱਤੀ ਗਈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ